ਸਿਆਣੇ ਕਹਿੰਦੇ ਵੀ ਬੇਸ਼ਰਮੀ ਆਣ ਜਾਣ ਵਾਲੀ ਸ਼ੈ, ਬੰਦੇ ਨੂੰ ਢੀਠ ਹੋਣਾ ਚਾਹੀਦਾ। ਸੋਸ਼ਲ ਮੀਡੀਆ ਤੇ ਬੰਦਾ ਬੰਦਾ ਦਾਨਿਸ਼ਵਰ ਬਣਿਆ। ਸਾਡੇ ਇੱਥੇ ਪਾਕਿਸਤਾਨ ਦੇ ਵਿੱਚ ਇੱਕ ਡਾਕਟਰ, ਉਹ ਕਿਸੇ ਸ਼ੈ ਨੂੰ ਮਾਫ਼ੀ ਨਹੀਂ ਦਿੰਦਾ, ਹਰ ਸ਼ੈ ਤੇ ਦਾਨਿਸ਼ਵਰੀ ਝਾੜੀ ਜਾਂਦਾ। ਬਈ ਉਹਨੇ ਅੱਜ ਤੱਕ ਨਹੀਂ ਸੋਚਿਆ ਵੀ ਮੇਰੀ ਇੰਨੀ ਕੁ ਗੱਲ ਕਰਨ ਨਾਲ ਕਿਸੇ ਦਾ ਕਿੰਨਾ ਨੁਕਸਾਨ ਹੋ ਸਕਦਾ। ਸਿਆਣੇ ਕਹਿੰਦੇ ਆ ਵੀ ਚੂਹਾ ਜਦੋਂ ਬੰਨ ਦੇ ਵਿੱਚ ਖੁੜ ਕੱਢਦਾ ਨਾ, ਉਹਨੂੰ ਨਹੀਂ ਪਤਾ ਹੁੰਦਾ ਵੀ ਮੇਰੀ ਇੰਨੀ ਕੁ ਸ਼ਰਾਰਤ ਨਾਲ ਪਿੰਡਾਂ ਦੇ ਪਿੰਡ ਡੁੱਬ ਸਕਦੇ। ਸੋਸ਼ਲ ਮੀਡੀਆ ਮੈਂ ਕਹਿੰਦਾ ਵੀ ਬਾਂਦਰ ਦੇ ਹੱਥ ਮਾਚਸ ਵਾਲੀ ਗੱਲ। ਹੁਣ ਉਹ ਅਗਲੇ ਦਿਨ ਡਾਕਟਰ ਕਹਿੰਦਾ ਕਿ ਦੁਆਣਿਆਂ ਨੂੰ ਟੀਕੇ ਲੱਗਦੇ। ਸਾਡੀ ਇੱਥੇ ਤਹਿਸੀਲ ਦੇ ਵਿੱਚ ਨਾ ਰਹਿਮੇ ਸ਼ਾਹ ਤੋਂ ਲੱਗ ਕੇ ਮਾਮੂ ਕਾਂਜਨ ਦਰਿਆ ਰਾਵੀ ਪਿੰਡਾਂ ਦੇ ਪਿੰਡ ਇੱਥੇ ਦੁਆਣੇ ਲੱਗੇ। ਲੈ ਅਸੀਂ ਅੱਜ ਤੱਕ ਕਿਸੇ ਨੂੰ ਟੀਕੇ ਲਾਉਂਦੇ ਨਹੀਂ ਦੇਖਿਆ, ਉਹ ਦਫ਼ਤਰੇ ਬਹਿ ਕੇ ਦੇਖੀ ਜਾਂਦਾ ਵੀ ਟੀਕੇ ਲੱਗਦੇ। ਫਿਰ ਦੰਦੀਆਂ ਜੀਆਂ ਕੱਢ ਕੇ ਕਹਿੰਦਾ ਅਖੇ ਮੈਂ ਦੁਆਣੇ ਸਸਤੇ ਕਰਾ, ਤੂੰ ਬਿਜਲੀ ਦੇ ਬਿੱਲ ਸਸਤੇ ਕਰਾ, ਸੂਈ ਗੈਸ ਦੇ ਬਿੱਲ ਸਸਤੇ ਕਰਾ, ਕੋ ਖਾਦਾਂ ਸਪਰੇਆਂ ਬੰਦਿਆਂ ਦੀਆਂ ਦਵਾਈਆਂ ਕੋ ਟਰੈਕਟਰ ਕਰ, ਤੈਨੂੰ ਆ ਜਾ ਕੇ ਦੁਆਣਾ ਹੀ ਲੱਭਿਆ ਸਸਤਾ ਕਰਨ ਵਾਸਤੇ। ਵੀ ਬੰਦਾ ਪੁੱਛੇ ਤੇਰਾ ਲੇਗਾ ਦੇਗਾ ਕੀ ਜ਼ਿੰਮੇਦਾਰੇ ਨਾ, ਅਖੇ ਦੁਆਣੇ ਨੂੰ ਟੀਕੇ ਲੈਣ। ਤੂੰ ਆਪਣੇ ਡਾਕਟਰਾਂ ਦੀਆਂ ਗੱਲਾਂ ਦੱਸ ਵੀ ਕਿੱਦਾਂ ਇਹ ਲੈਬਾਰਟਰੀਆਂ ਨਾਲ ਰਲ ਕੇ ਪੈਸੇ ਖਾਂਦੇ, ਕਿੱਦਾਂ ਇਹ ਕੰਪਨੀ ਵਾਲਿਆਂ ਨਾਲ ਰਲ ਕੇ ਦਵਾਈ ਲਿਖਦੇ, ਕਿੱਦਾਂ ਪ੍ਰਾਈਵੇਟ ਫੀਸਾਂ ਲੈਂਦੇ। ਤੂੰ ਜ਼ਿੰਮੇਦਾਰੀ ਤੇ ਆ ਗਈ, ਅਖੇ ਸਿਰੋਂ ਪੈਰੋਂ ਨੰਗੀ ਲੋਕਾਂ ਵਾਸਤੇ ਚੰਗੀ। ਏਦਾਂ ਦਾ ਦਾਨਿਸ਼ਵਰ ਨਾ ਇੱਕ ਚਾਈਨਾ ਚ ਵੀ ਸੀ, ਕਹਿੰਦਾ ਸੀ ਅਖੇ ਚਿੜੀਆਂ ਦਾ ਕੀ ਫਾਇਦਾ, ਇਹਨਾਂ ਨੂੰ ਮੁਕਾ ਦਿਓ, ਜਦੋਂ ਮੁੱਕ ਗਈਆਂ ਥਾਂ ਥਾਂ ਤੇ ਸੁਣੀਆਂ ਪੈਣ, ਫਿਰ ਉਹ ਲੱਭਦੇ ਫਿਰਦੇ ਸੀ ਇਸ ਜੇ ਦਾਨਿਸ਼ਵਰ। ਏਦਾਂ ਦਾ ਕੋਈ ਦਾਨਿਸ਼ਵਰ ਨਾ ਕਿਸੇ ਪਿੰਡ ਦੇ ਵਿੱਚ ਵੀ ਸੀ, ਤੇ ਉਸ ਪਿੰਡ ਦੇ ਵਿੱਚ ਕੋਈ ਕਮਲਾ ਜਿਹਾ ਬੰਦਾ ਖੱਜੀ ਤੇ ਚੜ ਗਿਆ, ਖੱਜੀ ਵਾਹਵਾ ਉੱਚੀ ਸੀ, ਹੁਣ ਉਹਦੇ ਕੋਈ ਹੇਠ ਨਾ ਆਇਆ ਜਾਵੇ ਉੱਤੇ ਰੋਈ ਜਾਵੇ। ਬੰਦੇ ਇਕੱਠੇ ਹੋ ਗਏ, ਕਹਿੰਦੇ ਕੀ ਕਰੀ, ਅਖੇ ਜੀ ਉਹ ਦਾਨਿਸ਼ਵਰ ਨੂੰ ਸੱਦੋ। ਦਾਨਿਸ਼ਵਰ ਆ ਗਿਆ, ਉਹਨੇ ਆ ਕੇ ਨਾ ਏਦਾਂ ਰੱਸਾ ਸਿੱਟਿਆ, ਉਹਨੂੰ ਫੜਾਇਆ, ਕਹਿੰਦਾ ਲੱਕ ਨਾ ਬੰਨ ਲਾ। ਉਹਨੇ ਬੰਨ ਲਿਆ, ਥੱਲੇ ਚਾਰ ਪੰਜ ਬੰਦਿਆਂ ਨੂੰ ਫੜਾ ਕੇ ਕਹਿੰਦਾ ਕਿ ਖਿੱਚੋ। ਬੰਦਿਆਂ ਨੇ ਮਾਰਿਆ ਹਜੂਕਾ, ਮਣਕੇ ਪਾਰ ਆ ਕੇ ਡਿੱਗ ਗਿਆ ਬੰਦਾ ਮਰ ਗਿਆ। ਉਹ ਬੰਦੇ ਕਹਿੰਦੇ ਦਾਨਿਸ਼ਵਰਾ ਚੰਗਾ ਰਹਿ ਗਿਆ, ਤੂੰ ਤਾਂ ਬੰਦਾ ਮਾਰਤਾ। ਲੈ ਅੱਗੋਂ ਪਚੀ ਨਹੀਂ ਹੋਇਆ, ਬਣਾ ਸਵਾਰ ਕੇ ਕਹਿੰਦਾ ਅਖੇ ਇਹਦੇ ਨਸੀਬਾਂ ਦੀ ਗੱਲ ਆ, ਇਹ ਤਾਂ ਥਾਂ ਮਰ ਗਿਆ, ਨਹੀਂ ਤੇ ਕਈ ਬੰਦੇ ਖੂਹ ਚੋਂ ਮੈਂ ਇੱਦਾਂ ਹੀ